ਸਸੀ ਗਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਪੰਜਾਬੀ ਟੈਕ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿਵੇਂ ਤੁਸੀਂ 10ਵੀਂ 12ਵੀਂ ਤੇ 5ਵੀਂ ਜੋ ਵੀ ਬੋਰਡ ਦੇ ਸਰਟੀਫਿਕੇਟ ਨੇ ਉਹਨਾਂ ਦੇ ਉੱਤੇ ਨਾਮ ਦੀ ਕਰੈਕਸ਼ਨ ਆਨਲਾਈਨ ਕਿਵੇਂ ਕਰਨੀ ਆ ਇਹ ਵੀ ਆਪਣੀ ਪੰਜਾਬ ਸਰਕਾਰ ਨੇ ਨਵੀਂ ਸਰਵਿਸ ਸਟਾਰਟ ਕਰੀ ਆ ਜਿਹਦੇ ਰਾਹੀਂ ਤੁਸੀਂ ਆਨਲਾਈਨ ਪੰਜਾਬ ਬੋਰਡ ਦਾ ਕੋਈ ਵੀ ਸਰਟੀਫਿਕੇਟ ਦੀ ਕਰੈਕਸ਼ਨ ਕਰ ਸਕਦੇ ਹੋ ਸਾਰਾ ਫਾਰਮ ਆਨਲਾਈਨ ਭਰਨਾ ਆਨਲਾਈਨ ਫੀਸ ਸਬਮਿਟ ਕਰਨੀ ਆ ਕੱਲੀ ਕੱਲੀ ਚੀਜ਼ ਆਨਲਾਈਨ ਇਹ ਵੀਡੀਓ ਵਿੱਚ ਦੱਸਦੇ ਆ ਵੀਡੀਓ ਪਲੀਜ਼ ਲਾਈਕ ਜ਼ਰੂਰ ਕਰਦਿਆ ਕਰੋ ਤਾਂ ਜੋ ਇਹ ਵੀਡੀਓ ਅੱਗੇ ਤੱਕ ਪਹੁੰਚ ਸਕੇ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਆਓ ਆਪਾਂ ਪਹਿਲਾਂ ਦੇਖਦੇ ਆ ਕਿਵੇਂ ਕਰ ਸਕਦੇ ਆ ਸਭ ਤੋਂ ਪਹਿਲਾਂ ਈ ਸਰਵਿਸ ਪੰਜਾਬ ਨਾਮ ਦੀ ਸਾਈਟ ਓਪਨ ਕਰਨੀ ਆ ਓਪਨ ਕਰਨ ਲਈ ਕਿਸੇ ਵੀ ਬ੍ਰਾਊਜ਼ਰ ਦੇ ਵਿੱਚ ਜਾ ਕੇ ਈ ਸਰਵਿਸ ਪੰਜਾਬ ਸਰਚ ਕਰ ਲੈਣਾ ਜਦੋਂ ਉਹਨੂੰ ਸਰਚ ਕਰਾਂਗੇ ਪਹਿਲੇ ਨੰਬਰ ਦੀ ਸਾਈਟ ਓਪਨ ਕਰ ਲਿਓ ਜਿੱਦਾਂ ਆਪਾਂ ਫੇਸਬੁੱਕ ਤੇ ਰਜਿਸਟ੍ਰੇਸ਼ਨ ਕਰਦੇ ਆ ਪਹਿਲਾਂ ਲੌਗਇਨ ਕਰਨ ਤੋਂ ਪਹਿਲਾਂ ਓਦਾਂ ਇਹਦੇ ਵਿੱਚ ਵੀ ਆ ਪਹਿਲਾਂ ਨਾਮ ਨਾਮ ਪਾਉਣਾ ਫਿਰ ਈਮੇਲ ਆਈਡੀ ਨੰਬਰ ਜਦੋਂ ਤੁਸੀਂ ਪਾਉਂਗੇ ਉਦੋਂ ਬਾਅਦ ਤੁਹਾਨੂੰ ਆਪਣਾ ਪਾਸਵਰਡ ਬਣਾਉਣਾ ਪਊਗਾ ਪਾਸਵਰਡ ਇੱਕ ਛੋਟਾ ਅੱਖਰ ਇੱਕ ਵੱਡਾ ਤੇ ਬਾਕੀ ਇੱਕ ਸਪੈਸ਼ਲ ਕੈਰੈਕਟਰ ਪਾਉਣ ਤੋਂ ਬਾਅਦ ਇੱਕ ਦੋ ਤਿੰਨ ਪਾ ਸਕਦੇ ਆ ਤੁਸੀਂ ਇਹ ਬਣ ਗਿਆ ਫਿਰ ਇਸ ਤੋਂ ਬਾਅਦ ਲੌਗਇਨ ਕਰਨਾ ਲੌਗਇਨ ਕਰਨ ਲਈ ਉਹਦੇ ਵਿੱਚ ਪਹਿਲਾਂ ਜਦੋਂ ਤੁਸੀਂ ਬਣਾਉਂਗੇ ਨਾ ਆਈਡੀ ਉਸ ਟਾਈਮ ਤੁਹਾਨੂੰ ਇੱਕ OTP ਆਏਗਾ OTP ਜਿਹੜਾ ਮੇਲ ਤੇ ਆਏਗਾ ਉਥੇ ਮੇਲ ਵਾਲੀ ਜਗ੍ਹਾ ਤੇ ਭਰ ਦੇਣਾ ਉਥੇ ਲਿਖਿਆ ਹੋਊਗਾ ਈਮੇਲ ਆਈਡੀ OTP ਤੇ ਜਿਹੜਾ ਆਊਗਾ ਮੋਬਾਈਲ ਤੇ ਉਥੇ ਲਿਖਿਆ ਹੋਊਗਾ ਮੋਬਾਈਲ OTP ਉਹ ਭਰ ਦੇਣਾ ਨਾਲ ਦੀ ਨਾਲ ਤੁਹਾਡੀ ਰਜਿਸਟ੍ਰੇਸ਼ਨ ਡਨ ਹੋ ਜੇਗੀ ਜਦੋਂ ਰਜਿਸਟ੍ਰੇਸ਼ਨ ਡਨ ਹੋ ਗਈ ਇਸ ਤੋਂ ਬਾਅਦ ਤੁਸੀਂ ਆ ਲੌਗਇਨ ਤੇ ਕਲਿੱਕ ਕਰ ਦੇਣਾ ਉੱਪਰ ਆਪਸ਼ਨ ਆਉਂਦੀ ਹੈ ਲੌਗਇਨ ਦੀ ਕਲਿੱਕ ਕਰਕੇ ਆ ਕੈਪਚਾ ਭਰ ਕੇ ਲੌਗਇਨ ਕਰ ਲੈਣਾ ਜਦੋਂ ਤੁਸੀਂ ਲੌਗਇਨ ਕਰ ਲਿਆ ਡਾਇਰੈਕਟ ਤੁਹਾਨੂੰ ਸਾਈਡ ਦਾ ਆ ਮੈਨੂੰ ਸ਼ੋਅ ਕਰੇਗਾ ਇਹਦੇ ਵਿੱਚ ਜਾ ਕੇ ਤੁਸੀਂ ਜਿਹੜੀ ਸਰਵਿਸ ਤੁਸੀਂ ਚੂਜ਼ ਕਰਨਾ ਚਾਹੁੰਦੇ ਜਿੱਦਾਂ ਆਪਾਂ ਇਹਦੇ ਵਿੱਚ ਕਰੈਕਸ਼ਨ ਵਾਲੀ ਕਰ ਰਹੇ ਆ ਸੈਕੰਡ ਨੰਬਰ ਦੀ অপਸ਼ਨ ਆ ਮੈਂ ਮਾਰਕ ਕਰਤੀ ਆ ਉਤੇ ਕਲਿੱਕ ਕਰਨਾ ਫਿਰ ਡਿਪਾਰਟਮੈਂਟ ਐਜੂਕੇਸ਼ਨ ਇਹਦੇ ਵਿੱਚ ਐਡਰੈਸ ਡਿਪਾਰਟਮੈਂਟ ਐਡਰੈਸ ਲਿਖਣਾ ਜਿੱਦਾਂ ਆਪਾਂ ਪੰਜਾਬ ਬੋਰਡ ਮੁਹਾਲੀ ਠੀਕ ਹੈ ਜੀ ਲਿਖਣ ਤੋਂ ਬਾਅਦ ਇਹਦੂ ਬਾਅਦ ਜਿਹੜੀ ਸਾਰੀ ਡਿਟੇਲ ਆ ਤੁਸੀਂ ਉਹ ਭਰਨੀ ਆ ਜਿਹੜੀ ਤੁਸੀਂ ਕਰੈਕਸ਼ਨ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਇਹਦੇ ਵਿੱਚ ਪਹਿਲਾਂ ਜਿਹੜਾ ਖੱਬੇ ਹੱਥਾ ਉਹ ਸਾਰਾ ਇੰਗਲਿਸ਼ ਦੇ ਵਿੱਚ ਭਰਨਾ ਜਿਹੜਾ ਸੱਜੇ ਹੱਥਾ ਉਹ ਪੰਜਾਬੀ ਦੇ ਵਿੱਚ ਭਰਨਾ ਹੈਗਾ ਦੇਖੋ ਨਾਮ ਸਟੂਡੈਂਟ ਫਾਦਰ ਨੇਮ ਸਟੂਡੈਂਟ ਮਦਰ ਨੇਮ ਕਲਾਸ ਕਿਹੜੀ ਕਲਾਸ ਦਾ ਸਰਟੀਫਿਕੇਟ ਤੁਸੀਂ ਕਰੈਕਸ਼ਨ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਇਹਦੇ ਵਿੱਚ ਪਾਉਣ ਤੋਂ ਬਾਅਦ ਡਿਟੇਲ ਸਾਰੀ ਡਨ ਕਰ ਦੇਣੀ ਹੈ ਰੀਜਿਸਟ੍ਰੇਸ਼ਨ ਨੰਬਰ ਇਹ ਸਾਰੀ ਡਿਟੇਲ ਤੁਹਾਨੂੰ ਆਪਣੇ ਸਰਟੀਫਿਕੇਟ ਤੇ ਮਿਲ ਜੇਗੀ ਸਾਰਾ ਸਰਟੀਫਿਕੇਟ ਚੈੱਕ ਕਰ ਲਿਓ ਰਜਿਸਟ੍ਰੇਸ਼ਨ ਨੰਬਰ ਵੀ ਉੱਪਰ ਹੀ ਹੁੰਦਾ ਤੇ ਤੁਹਾਨੂੰ ਰੋਲ ਨੰਬਰ ਤਾਂ ਉਹਦੇ ਉੱਪਰ ਹੋਵੇਗਾ ਹੋਵੇਗਾ ਹੈਨਾ ਤੇ ਉਸ ਤੋਂ ਬਾਅਦ ਸਟੂਡੈਂਟ ਮਦਰ ਨੇਮ ਤੇ ਵੀ ਤੁਹਾਨੂੰ ਦੱਸਦਾ ਹਾਂ ਕਈ ਵਾਰ ਤੁਹਾਡੇ ਕੋਲੇ ਪੰਜਾਬੀ ਦਾ ਕੀਬੋਰਡ ਨਹੀਂ ਹੁੰਦਾ ਉਹ ਵੀ ਦੱਸਾਂਗਾ ਤੁਸੀਂ ਇੰਗਲਿਸ਼ ਤੋਂ ਪੰਜਾਬੀ ਕਿਵੇਂ ਕਰ ਸਕਦੇ ਹੋ ਮੋਬਾਈਲ ਤੇ ਹੋ ਜਾਏਗਾ ਬ੍ਰਾਊਜ਼ਰ ਦੇ ਵਿੱਚ ਇੱਥੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਪਾ ਦੇਣਾ ਫਿਰ ਰੋਲ ਨੰਬਰ ਇੱਥੇ ਰੋਲ ਨੰਬਰ ਪਾ ਦੇਣਾ ਜਿਹੜਾ ਇਧਰਲੀ ਸਾਈਡ ਆ ਰੋਲ ਨੰਬਰ ਪਾ ਦੇਣਾ ਤੇ ਮੰਥ ਜਿਹੜੇ ਈਅਰ ਦੇ ਵਿੱਚ ਕਰੀ ਹੋਈ ਆ ਤੁਸੀਂ ਇੱਥੇ ਮੰਥ ਪਾ ਦੇਣਾ ਮਾਰਚ ਹੋ ਜਾਂਦਾ ਤੇ ਇਸ ਤੋਂ ਬਾਅਦ ਤੁਹਾਨੂੰ ਥੱਲੇ অপਸ਼ਨ ਆ ਰਹੀ ਹੈ ਵੀ ਡਿਸਟ੍ਰਿਕਟ ਸਿਲੈਕਟ ਕਰਨਾ ਜਿਹੜੇ ਡਿਸਟ੍ਰਿਕਟ ਚ ਤੁਸੀਂ ਪਾਸ ਆਊਟ ਹੋ ਸਰਟੀਫਿਕੇਟ ਦੇ ਅਕੋਰਡਿੰਗਲੀ ਹੈ ਨਾ ਤੇ ਉਹ ਡਿਸਟ੍ਰਿਕਟ ਸਿਲੈਕਟ ਕਰ ਲੈਣੀ ਆ ਟੋਟਲ ਅਬਟੇਨ ਮਾਰਕ ਜਿੰਨੇ ਮਾਰਕਸ ਲਏ ਨੇ ਉਹ ਲਿਖ ਦਿਓ ਜੇ ਤੁਹਾਡਾ ਰਿਜ਼ਲਟ ਪਾਸ ਆ ਤਾਂ ਪਾਸ ਰੀਪੇਅਰ ਜੋ ਵੀ ਹੈ ਨਾ ਉਹ ਇੱਥੇ ਤੁਸੀਂ ਨੀਚੇ ਟਿਕ ਕਰ ਦੇਣਾਗਾ ਇਹ ਡਨ ਕਰਨ ਤੋਂ ਬਾਅਦ ਜਦੋਂ ਨੈਕਸਟ ਕਰੋਗੇ ਤੁਹਾਨੂੰ ਹੋਰ ਡਿਟੇਲ ਵੀ ਦੱਸਦਾ ਪ੍ਰੋਪਰ ਇੱਕ ਧਿਆਨ ਦਿਓ ਇਹਦੇ ਵਿੱਚ ਤੁਹਾਨੂੰ ਡਿਟੇਲ ਪਹਿਲਾਂ ਚੈੱਕ ਕਰ ਲੈਣੀਆਂ ਜਦੋਂ ਵੀ ਸਬਮਿਟ ਕਰਨੀਆਂ ਠੀਕ ਆ ਸਾਰੀ ਇਹ ਨੋਰਮਲ ਹੈ ਇਹ ਕਿਸੇ ਵੀ ਸਰਟੀਫਿਕੇਟ 10ਵੀਂ 12ਵੀਂ ਇਹ ਪੰਜਾਬ ਬੋਰਡ ਦਾ ਹੀ ਕਰ ਸਕਦੇ ਹੋ ਸਿਰਫ ਇੱਥੇ ਇਦਾਂ ਇਹ ਕਰ ਸਕਦੇ ਹੋ ਦੇਖੋ ਮੈਂ ਫਾਰਮ ਭਰ ਦੇਣਾ ਸਾਰਾ ਭਰਨ ਤੋਂ ਬਾਅਦ ਥੱਲੇ ਦੇਖੋ ਤੁਹਾਡਾ ਮੋਬਾਈਲ ਨੰਬਰ ਤੇm ID ਇਹ ਜਰੂਰ ਚੈੱਕ ਕਰਕੇ ਪਾਇਆ ਕਿਉਂਕਿ ਇਹਦੇ ਉੱਤੇ ਤੁਹਾਨੂੰ ਮਤਲਬ ਡਿਟੇਲ ਆਵੇਗੀ ਕਾਦੇ ਲਈ ਤੁਸੀਂ ਕਰਵਾਉਣਾ ਚਾਹੁੰਦੇ ਹੋ ਉਦੋਂ ਬਾਅਦ ਐਡਰੈਸ ਆ ਜਾਏਗਾ ਐਡਰੈਸ ਭਰ ਦੇਣਾ ਕਾਦੇ ਲਈ ਕਰਵਾਉਣਾ ਚਾਹੁੰਦੇ ਹੋ ਜੋਬ ਜਾ ਤੁਸੀਂ ਫੋਰਨ ਸਟੱਡੀ ਲਈ ਕਰ ਰਹੇ ਹੋ ਠੀਕ ਹੈ ਕੈਪਚਾ ਪਾ ਕੇ ਡਨ ਕਰ ਦੇਣਾ ਦੇਖੋ ਆ ਉਹ ਵੈਬਸਾਈਟ ਹੈ ਜਿੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਜਿਹਦੇ ਵਿੱਚ ਜਿਵੇਂ ਤੁਸੀਂ ਆਪਣਾ ਨਾਮ ਪਾਇਆ ਮੈਂ ਜਸਵੀਰ ਪਾਇਆ ਜੇ ਐਸ ਵੀ ਆਰ ਆਟੋਮੈਟਿਕਲੀ ਉਹ ਪੰਜਾਬੀ ਦੇ ਵਿੱਚ ਆ ਜਾਏਗਾ ਇੱਥੋਂ ਕਾਪੀ ਪੇਸਟ ਕਰਕੇ ਤੁਸੀਂ ਸਾਰਾ ਜਿਹੜਾ ਨਾਮ ਆ ਉਹ ਪੰਜਾਬੀ ਦੇ ਵਿੱਚ ਵੀ ਉੱਥੇ ਲਿਖਿਆ ਹੋਇਆ ਉਹ ਡਨ ਕਰ ਦੇਣਾ ਇਹ ਕਰਨ ਤੋਂ ਬਾਅਦ ਤੁਹਾਨੂੰ ਮੈਂ ਸਾਰੀ ਡਿਟੇਲ ਸਮਝਾ ਦੇਣਾ ਵੀ ਕਿਵੇਂ-ਕਿਵੇਂ ਕਰ ਸਕਦੇ ਹੋ ਤੇ ਇਹ ਇੱਕ ਗੱਲ ਜ਼ਰੂਰ ਧਿਆਨ ਰੱਖਿਓ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਆਪਾਂ ਜੇ ਸਕਿੱਪ ਕਰਦੇ ਆਂ ਤਾਂ ਆਪਾਂ ਨੂੰ ਪ੍ਰੋਬਲਮ ਕ੍ਰੀਏਟ ਹੁੰਦੀ ਆ ਜੇ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਦਿਓ ਤੇ ਮੇਰਾ ਇਨਸਟਾ ਤੇ ਸਾਰੀ ਡਿਟੇਲ ਦਿੱਤੀ ਹੋਈ ਆ ਦੇਖੋ ਆ ਆਪਾਂ ਡਾਣ ਸਬਮਿਟ ਕਰਤਾ ਉਸ ਤੋਂ ਬਾਅਦ ਅਟੈਚ ਡਾਕੂਮੈਂਟ ਅਟੈਚਡ ਡਾਕੂਮੈਂਟ ਤੇ ਜਦੋਂ ਕਲਿੱਕ ਕਰੋਗੇ ਉਹਦੇ ਵਿੱਚ ਤੁਹਾਨੂੰ ਡੈਕਲੇਰੇਸ਼ਨ ਭਰਨਾ ਪਊ ਉਹ ਉੱਪਰ ਕਲਿੱਕ ਕਰਕੇ ਤੁਸੀਂ ਉਹ ਫਾਰਮ ਵੀ ਡਾਊਨਲੋਡ ਕਰ ਸਕਦੇ ਹੋ ਜਿਹੜਾ ਆ ਲਿਖਿਆ ਹੋਇਆ ਠੀਕ ਹੈ ਜੀ ਤੇ ਦੂਜਾ ਡੈਕਲੇਰੇਸ਼ ਉਹ ਸਿੰਪਲ ਆ ਬਿਲਕੁਲ ਤੁਹਾਨੂੰ ਮੈਂ ਦੱਸ ਵੀ ਦਾਵਾਂ ਵੀ ਕਿਵੇਂ-ਕਿਵੇਂ ਭਰਨਾ ਹੈਗਾ ਇਦੋਂ ਬਾਅਦ ਆਹਾ ਆਧਾਰ ਕਾਰਡ ਤੇ 10ਵੀਂ ਦਾ ਸਰਟੀਫਿਕੇਟ ਦੀ ਕਾਪੀ ਤੇ ਅਦਰ ਜਿਹੜਾ ਤੁਸੀਂ ਨਾਲ ਲਾਉਣਾ ਚਾਹੁੰਦੇ ਹੋ ਲਾ ਦਿਓ ਸਬਮਿਟ ਕਰੋਗੇ ਸੇਵ ਕਰੋਗੇ ਇੱਥੇ ਆ ਗਈ ਪੇਮੈਂਟ ਦੀ অপਸ਼ਨ ਪੇਮੈਂਟ ਤੇ ਕਲਿੱਕ ਕਰੋਗੇ ਇਹ ਟੋਟਲ ਫੀਸ ਬਣ ਗਈ 925 ਰੁਪਏ ਇਹ ਪੇ ਕਰ ਦੇਣੀ ਹੈ ਇੱਥੇ ਹੀ ਟਰੈਕ ਕਰ ਸਕਦੇ ਹੋ ਦੇਖੋ ਸਾਰਾ ਕੁਝ ਐਦਾਂ ਤੁਸੀਂ ਸਰਟੀਫਿਕੇਟ ਅਪਲਾਈ ਕਰ ਸਕਦੇ ਹੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਇਸ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਮੈਂ ਵੀਡੀਓ ਅਪਲੋਡ ਕਰਾਂ ਨਾਲ ਦੀ ਨਾਲ ਤੁਹਾਡੇ ਕੋਲੇ ਨੋਟੀਫਿਕੇਸ਼ਨ ਆ ਜੇ ਤੇ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਲਾਈਕ ਕਰਨਾ ਨਾ ਭੁੱਲਣਾ ਧੰਨਵਾਦ